अस्सलाम वालेकुम, कैसे हो यार? दोस्तों ठीक हो? ते आज तुसा वास्ते बड़ी स्पेशल ते सरप्राइज वीडियो लेके आए हां। ते बड़ी जानी पहचानी शख्सियत को जान लगे हां, ते चलो आओ चलने। अस्सलाम वालेकुम, कैसे हो जनाब? ठीक हो सारे? ते अज असा मौजूद हाँ जी अपने इलाके में, एक शॉप है साइकिलों की, बाबा साइकिलों जी, अब्दुल रजीद बाबा साइकिलों वाले, इन्होंने को मौजूद हाँ जी। अज इन्होंने पूछने हैं कि ये जनाब कदू इतने पैदा हुए थे, ते इस टाइम आजाद कश्मीर में, इस तरह इतने किस तरह आए? तो अब बाबे को पूछने, बाबा जी क्या हाल है? बाबे ठीक हो? तो बाबा जी दसो जी, तुम पूछे कि इलाके में तो इतने किस तरह आए? पहले काम करने से उस तो बाद विरासत बाबा जी ये तुम दसो कि अज तू 5-7 साल पहले जो है साइकिल पर बार बच्चे लैने साइकिल चलने दसो अजकल कैसा वे? अजकल सिर्फ बच्चे ही रह गए ना, बड़े कोई नहीं। जा जा पहले तो बड़े भी साइकिल चलाने सन। जा जा ये गल कमजोरी इतनी है कि बच्चा बड़े को चलना नहीं। जा जा हूँ अजकल बड़े कौन चलाने, यही गल है जी। बड़े अजकल मोटरसाइकिल आ गए, चाइना इतने मोटरसाइकिल 70 आ गई, 90 आ गए, और मतलब इतनी चीज़ा आ गई कि साइकिल पास रुझान। जा 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 यही गल इतने कोई नहीं, बस 5-4 साल का बच्चा होगा तो चलाना शौक है। जा फिर उस तो बाद
ਪੰਜਵੀਂ ਛੇਵੀਂ ਆਉਣਾ ਤਾਂ ਉਦੋਂ ਛੁੱਟੀ ਕਰ ਜਾਣਾ ਉਹਨੇ ਵੀ ਆ ਕੇ ਮੋਟਰਸਾਈਕਲ ਜਾ ਇਹ ਪੰਜਾਬ ਕਿਆ ਵਜ੍ਹਾ ਕਿ ਪੰਜਾਬ ਜ਼ਿਆਦਾ ਚੱਲਦਾ ਪੰਜਾਬ ਵਿੱਚ ਜ਼ਿਆਦਾ ਸਾਈਕਲ ਚੱਲਦਾ ਅਤੇ ਮੈਦਾਨੀ ਇਲਾਕਾ ਹੈ ਨਾਲੇ ਗਰੀਬ ਆਵਾਮ ਹੈ ਸਾਰੀ ਠੀਕ ਆ ਠੀਕ ਮੋਟਰਸਾਈਕਲ ਦੀ ਗੁਰਬਤ ਹੈ ਪੰਜਾਬ ਕਿਸ਼ਤਾਂ 'ਤੇ ਲੈਣੇ ਨੇ ਫਿਰ ਬੰਦੇ ਤੋੜਨੇ ਨੂਰਾਂ ਪਰ ਇਸ ਵਾਸਤੇ ਕੋਸ਼ਿਸ਼ ਕਰਦੇ ਨੇ ਵੀ ਸਾਈਕਲ ਵੀ ਚਲੋ ਚਲਾਈਏ ਕੁਝ ਨਾ ਕੁਝ ਬਚਤ ਹੋ ਜਾਏ ਤਾਂ ਸਾਈਕਲ ਕੋਲ ਬਾਹਰ ਕੈਸਾ ਮਤਲਬ ਕਿੰਨਾ ਖਰਚਾ ਆ ਜਾਏਗਾ ਅੱਗੇ ਸ਼ੁਰੂ ਕਰੇ ਕੰਮ ਮੈਂ ਤਾਂ ਆਖਾਂਗਾ ਨਾ ਹੀ ਕਰੇ ਤਾਂ ਠੀਕ ਹੈ ਸਹੀ ਹੈ ਕਿਉਂਕਿ ਅੱਗੇ ਸਾਈਕਲ ਛੋਟੇ ਨੇ ਬੱਚਿਆਂ ਦੇ ਵਿਚਾਰੇ ਰੋ ਰੋ ਕੇ ਮਸੀ ਚਾਰ ਨੇ ਲੈ ਕੇ ਆਉਣੇ ਨੇ ਇਹੀ ਗੱਲ ਹੈ ਮਹਿੰਗਾਈ ਇਤਨੀ ਹੈ ਬਹੁਤ ਮੁਸ਼ਕਲ ਨਾਲ ਉਹਨਾਂ ਦੇ ਸਾਈਕਲ ਠੀਕ ਸਹੀ ਹੈ ਬਾਬਾ ਜੀ ਦੱਸੋ ਅਸਾਂ ਜੇ ਛੋਟੇ ਹੋਣੇ ਸਾਡੀ ਲੈਣ ਤਾਂ ਉਹ ਇੱਕ ਲੱਭਣੇ ਹੋਣੇ ਸਰ ਸਾਈਕਲ ਡੈਕੋਰੇਸ਼ਨ ਕਰਨੇ ਹੋਣੇ ਸਰ ਅਸਾਂ ਜੀ ਕੋਈ ਲਾਈਟਾਂ ਲਾਓ ਜਾਂ ਕੋਈ ਕੁਛ ਕਰੋ ਕੋਈ ਉਸ ਤਰ੍ਹਾਂ ਚੀਜ਼ ਹੋਣੀ ਸਰ ਬਾਜੇ ਲਾਓ ਤਾਂ ਅੱਜ ਕੱਲ੍ਹ ਵੀ ਰੁਝਾਨ ਹੈ ਜਾਂ ਕੋਈ ਤੁਸੀਂ ਰੱਖੀਆਂ ਚੀਜ਼ਾਂ ਇਸ ਤਰ੍ਹਾਂ ਨਹੀਂ ਰੱਖੀਆਂ ਪਹਿਲੇ ਜਿਹੜੀਆਂ ਚੀਜ਼ਾਂ ਮਜ਼ਬੂਤ ਹੋਣਗੀਆਂ ਸਰ ਚਾਈਨਾ ਆ ਗਿਆ ਗੈਂਟੀ ਵੀ ਬਸ ਮਾਮੂਲੀ ਜੀ ਹਲਕੀ ਜੀ ਬਾਜੇ ਵੀ ਆ ਜੇ ਬੱਚੇ ਕਰ ਲੈ ਕੇ ਇਹੀ ਗੱਲ ਚੀਜ਼ਾਂ ਤਾਂ ਹੈ ਜੀ ਦੋਸਤੋ ਕਾਫੀ ਚੀਜ਼ਾਂ ਲਾਈਆਂ ਸਗੋਂ ਲੈਟਰਾਂ ਜਿਹੜੀਆਂ ਬਾਬੇ ਰਾਮ ਦੁਕਾਨ ਜੀ ਜਬਿੰਬਰ ਰੋਡ ਮੈਨ ਰੋਡ ਉੱਪਰ ਹੈ ਜੱਬੀ ਤੇ ਇਹਨਾਂ ਜਨਾਬ ਸਾਈਕਲਾਂ ਕੋਲ ਬਾਹਰ ਹੈ ਤੇ ਇੱਥੇ ਤੁਹਾਨੂੰ ਸਾਈਕਲ ਕੋਈ ਵੀ ਕੰਮ ਹੋਇਆ ਮੋਟਰਸਾਈਕਲ ਨੂੰ ਟਾਇਰ ਕੋਈ ਚੇਂਜ ਕਰਵਾਉਣਾ ਹੋਇਆ ਕੁਝ ਵੀ ਕੰਮ ਹੋਇਆ ਗੈਸ ਟਾਂਕੇ ਕੋਈ ਲਵਾਉਣਾ ਹੋਇਆ ਬਾਬੇ ਰਾਮ ਕੋਲ ਆ ਸਕਦੇ ਹੋ ਬਾਬੇ ਰਾਮ ਦੁਕਾਨ ਹੈ ਤੇ ਸਾਈਕਲ ਕੋਈ ਵੀ ਰਿਮ ਸ਼ਿਮ ਕੋ ਸਿੱਧਾ ਕਰਾਉਣਾ ਹੋਇਆ ਕੁਝ ਤਾਰਾਂ ਸ਼ਾਰਾਂ ਪਾਉਣੀਆਂ ਹੋਣ ਬਾਬੇ ਨਾਲ ਰਾਬਤਾ ਕਰੋ ਤੇ ਇਹਨਾਂ ਬਿੰਬਰ ਰੋਡ ਜੱਬੀ ਦੁਕਾਨ ਇਹਨਾਂ ਜਨਾਬ ਸ਼ਾਪ ਇਹਨਾਂ ਦੀ ਤੇ ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਵੀ ਤੇ ਅੱਲਾਹ ਤੁਹਾਨੂੰ ਉੱਪਰ ਬਹੁਤ ਬਰਕਤ ਪਏ ਤੇ ਜੀ ਨਜ਼ਰੀਨ ਅੱਜ ਦੀ ਵੀਡੀਓ ਇੱਥੇ ਖਤਮ ਕਰਨੇ ਆ ਤਾਂ ਆਪਣਾ ਹਿਆ ਰਹੇ ਤਾਂ ਅੱਲਾਹ ਹਾਫਿਜ਼ ਜੀ ਤੇ ਦੋਸਤੋ ਤੁਸੀਂ ਅਬਦੁਲ ਮਜੀਦ ਸਾਹਿਬ ਦੀਆਂ ਗੱਲਾਂ ਸੁਣੀਆਂ ਤੇ ਤੁਸੀਂ ਵੀ ਸੋਚ ਰਹੇ ਹੋ ਕਿ ਇਤਨੇ ਬਜ਼ੁਰਗ ਹੋ ਗਏ ਤੋ ਇਤਨੀ ਮਿਹਨਤ ਮੁਸ਼ਕਤ ਨੇ ਕੰਮ ਕਰ ਰਹੇ ਨੇ ਤੇ ਇਸ ਦੀ ਵਜ੍ਹਾ ਕੀ ਹੈ ਜੀ ਤੇ ਦੋਸਤੋ ਵਜ੍ਹਾ ਇਹ ਹੀ ਹੈ ਕਿ ਉਹ ਆਪਣੇ ਬੱਚਿਆਂ ਨਾਲ ਪੇਟ ਪਾਲਣ ਵਾਸਤੇ ਮਿਹਨਤ ਮਜ਼ਦੂਰੀ ਕਰ ਰਹੇ ਨੇ ਤਾਂ ਉਹ ਬਾਬਾ ਇਹ ਚਾਹੁੰਦੇ ਨੇ ਕਿ ਮੈਂ ਤਾਂ ਨਾ ਪੜ੍ਹ ਸਕਿਆ ਚਲੋ ਮੇਰੇ ਬੱਚੇ ਪੜ੍ਹ ਜਾਣ ਜੀ ਤੇ ਦੋਸਤੋ ਤੁਸਾਂ ਨੇ ਇਰਦ ਗਿਰਦ ਵੀ ਤੁਸਾਂ ਨੇ ਇਲਾਕੇ 'ਚ ਵੀ ਕੋਈ ਇਸ ਤਰ੍ਹਾਂ ਦੇ ਬੰਦੇ ਹੋ ਸਨ ਜਿਹੜਾ ਤਿੰਨ ਟਾਈਮ ਨਾਲ ਖਾਣਾ ਪੂਰਾ ਕਰਨ ਵਾਸਤੇ ਮਿਹਨਤ ਮਜ਼ਦੂਰੀ ਕਰਨੇ ਨੇ ਜੀ ਤਾਂ ਦੋਸਤੋ ਜਿਲ੍ਹੇ ਅਸਾਂ ਬ੍ਰਾਂਡ ਜਾਣੇ ਆ ਜਾਂ ਕਿਸੇ ਸ਼ਾਪਿੰਗ ਮਾਲ 'ਚ ਜਾਣੇ ਆ ਤਾਂ ਉੱਥੇ ਫਿਕਸ ਪ੍ਰਾਈਸਾਂ ਲੱਗੀਆਂ ਹੋਣੀਆਂ ਤਾਂ ਅਸਾਂ ਜਿਤਨੇ ਪੈਸੇ ਹੋਣੇ ਅਸਾਂ ਦੇ ਕੇ ਆ ਜਾਣੇ ਆ ਤਾਂ ਜਿਸ ਟਾਈਮ ਜਿਲ੍ਹੇ ਅਸਾਂ ਕਿਸੇ ਗਰੀਬ ਬੰਦੇ ਕੋਲ ਜਾਣੇ ਜਾਂ ਕਿਸੇ ਰੇਹੜੀ ਕਿਸੇ ਲਾਈ ਹੋਣੀ ਜਾਂ ਇਸ ਤਰ੍ਹਾਂ ਜਿਸ ਤਰ੍ਹਾਂ ਅਬਦੁਲ ਮਜੀਦ ਸਾਹਿਬ ਕੰਮ ਕਰ ਰਹੇ ਸਾਈਕਲਾਂ ਦੇ ਬੰਦੇ ਕੋਲ ਜਾਣੇ ਆ ਤਾਂ ਇੱਥੇ ਅਸਾਂ ਕੋਸ਼ਿਸ਼ ਕਰਨੇ ਆ ਘੱਟ ਤੋਂ ਘੱਟ ਪੈਸੇ ਦਈਏ ਤੇ ਨਜ਼ਰੀਨ ਮੈਂ ਤੁਸਾਂ ਦਰਖਾਸਤ ਕਰਾਂਗਾ ਇਹ ਬੰਦਿਆਂ ਨਾਲ ਜ਼ਿਆਦਾ ਜ਼ਿਆਦਾ ਹਿਆ ਰੱਖੋ ਜ਼ਿਆਦਾ ਜ਼ਿਆਦਾ ਮਦਦ ਕਰੋ
ते आज वास्ते इतना ही। ते उम्मीद है मनु के तुसां गी मेरी ये वीडियो पसंद आएगी। ते मेरी वीडियो की ज़्यादा से ज़्यादा शेयर करो, लाइक करो, ते सब्सक्राइब करो। अल्लाह हाफिज़।